हेलो स्टूडेंट्स ऑफ क्लास नाइंथ एक बार फिर मैं तो इस ऑनलाइन क्लास के स्वागत करता हाँ अच्छ सा जड़ा नैक्सट चैप्टर है जरा नैक्सट पार्ट है वह है सुनहरी झिलद ये पाठक्रम की नौवीं कहानी है नौवा पाठ है कहानी सुनहरी झिलद जिसद लिखारी कौन हैं जिसके लेखक कौन हैं नानक सिंह जी जिसका अर्थ है कि कहानी नानक सिंह जी ने लिखी है ਉਹਨ ਸ੍ਰੇਸ਼ਟ ਬੱਚੇ ਵੇਖਿਓ ਇਹ ਸਾਰੀ ਇਹ ਜਿਹੜੀ ਪੂਰੀ ਕਹਾਣੀ ਹੈ ਤੁਸੀਂ ਆਪ ਹੀ ਰੀਡ ਕਰਨੀ ਹੈ ਆਪਣੇ ਬੁੱਕ ਚ ਮੈਂ ਸੋਚਦਾ ਹਾਂ ਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਕੋਲ ਦੁੱਖ ਜਿਹੜੀ ਐਨਸੀਆਰਟੀ ਦੀ ਜਿਹੜੀ ਸਾਡੇ ਐਚਪੀ ਬੋਰਡ ਦੇ ਲਈ ਬੁੱਕ ਹੈ ਉਹ ਤੁਹਾਡੇ ਕੋਲ ਹੈ ਤੁਸੀਂ ਕੀ ਕਰਨੀ ਹੈ ਤੁਸੀਂ ਪਾਠ ਇੱਕ ਵਾਰ ਪੂਰੀ ਕਹਾਣੀ ਆਪੇ ਪੜ੍ਹਨੀ ਹੈ ਰੀਡ ਕਰਨੀ ਹੈ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਪੂਰੀ ਕਹਾਣੀ ਦਾ ਸਾਰ ਦੱਸਣ ਜਾ ਰਿਹਾ ਹਾਂ ਸਮਰੀ ਦੱਸਣ ਜਾ ਰਿਹਾ ਹਾਂ ਠੀਕ ਹੈ ਇਸ ਕਹਾਣੀ ਦੇ ਵਿੱਚ ਕਰਮ ਸਿੰਘ ਨੇ ਇੱਕ ਬੰਦਾ ਹੈ ਕਰਮ ਸਿੰਘ ਨੇ ਖੈਰਦੀਨ ਦਫਤਰੀ ਦੀ ਦੁਕਾਨ ਤੇ ਜਾ ਕੇ ਖੈਰਦੀਨ ਮਤਲਬ ਖੈਰਦੀਨ ਉਸ ਬੰਦੇ ਦਾ ਨਾਂ ਹੈ ਤੇ ਦਫਤਰੀ ਮਤਲਬ ਅਜਿਹੀ ਦੁਕਾਨ ਜਿਸ ਦੇ ਵਿੱਚ ਜਿੱਲਤ ਬੰਨ ਜਿੱਲੇ ਜਿੱਲਤ ਬੰਨਦੇ ਹਨ ਮੀਨਸ ਕਵਰ ਚੜਹਾਉਂਦੇ ਹਨ ਕਿਤਾਬਾਂ ਦੇ ਉੱਤੇ ਕਵਰ ਚੜਾਈ ਜਾਂਦੀ ਹੈ ਜਿਸ ਨੂੰ ਹਿੰਦੀ ਦੇ ਵਿੱਚ ਜਿੱਲਤ ਕਹਿੰਦੇ ਹਨ ਜਾਂ ਫਿਰ ਪੰਜਾਬੀ ਦੇ ਵਿੱਚ ਜਿੱਲਤ ਕਹਿੰਦੇ ਹਨ ਜਿੱਲੇ ਚੜਾਈ ਜਾਂਦੀ ਸੀ ਚੜਾਈ ਜਾਂਦੀ ਹੈ ਕਰਮ ਸਿੰਘ ਨੇ ਖੈਰਦੀਨ ਦਫਤਰੀ ਦੀ ਦੁਕਾਨ ਤੇ ਜਾ ਕੇ ਪੁੱਛਿਆ ਕੀ ਕੀ ਉਸ ਸੁਨਹਿਰੀ ਜਿਲਦਾਂ ਵੀ ਬਨਦਾ ਹੈ ਸੁਨਹਿਰੀ ਵਿੱਚ ਸੋਹਣੀ ਜਾਫੇ ਬੂਟੇਦਾਰ ਜਿਲਦਾਂ ਵੀ ਬਨਦਾ ਹੈ ਜਦ ਉਸ ਨੂੰ ਉੱਤਰ ਹਾਂ ਵਿੱਚ ਮਿਲਿਆ ਤਾਂ ਉਸਨੇ ਪੰਜਾ ਛੇ ਰੁਮਾਲਾਂ ਵਿੱਚ ਲਪੇਟੀ ਇੱਕ ਖਸਤਾ ਹਾਲਤ ਦੇ ਵਿੱਚ ਮੈਂ ਜਿਸ ਦੀ ਹਾਲਤ ਕੋਈ ਖਰਾਬ ਹੋਈ ਹੋਈ ਸੀ ਅੱਛੀ ਹਾਲਤ ਨਹੀਂ ਸੀ ਕਿਤਾਬ ਕੱਢੀ ਜਿਲਦ ਦੀ ਥਾਂ ਉਸ ਦੇ ਦੋਹੀ ਪਾਸੇ ਭੂਰੀਆਂ ਹੋਈਆਂ ਨੁਕਰਾਂ ਵਾਲੇ ਗੱਤੇ ਹਨ ਉਸਨੇ ਦੋਹੇ ਪਾਸੇ ਕੀ ਗੱਤੇ ਰੱਖੇ ਹੋਏ ਸਨ ਇਹ ਦੇਖ ਕੇ ਦੁਕਾਨ ਦੇ ਸਾਰੇ ਗਾਹਕਰ ਮੋਹਨ ਨੀਵਾ ਪਾ ਹਸਣ ਲੱਗੇ Mohan ਉਹ ਨੀਵਾ ਕਰਕੇ ਮਿਸਮੂਥਲੇ ਘੇਠਾ ਕਰਕੇ ਉਹ ਹਸਣ ਲੱਗ ਪਏ ਦਫਤਰੀ ਨੇ ਕਿਤਾਬ ਨੂੰ ਹੱਥ ਵਿੱਚ ਲਿਆ ਤੇ ਉਥਲ-ਪੁਥਰ ਕਰਕੇ ਵੇਖਿਆ ਕਿ ਉਹ ਹੱਥਾਂ ਦਾ ਲਿਖਿਆ ਕੁਰਾਨ ਸ਼ਰੀਫ ਸੀ ਫਿਰ ਉਸਨੇ ਜ਼ਰਾ ਸੰਕੋਚ ਨਾਲ ਕਿਹਾ ਕਿ ਉਹ ਕਾफी ਖਸਤਾ ਹਾਲਤ ਵਿੱਚ ਹੈ ਇਸ ਕਰਕੇ ਉਸਨੇ ਚਾਹਿਆ ਹੈ ਕਿ ਨਵਾਂ ਲੈ ਕੇ जिल्द ਬਨਵਾ ਲਵੇ ਜਦ ਕਰਮ ਸਿੰਘ ਨੇ ਦੱਸਿਆ ਕਿ ਕੁੜੀ ਦੀ ਇਸ ਨਾਲ ਬਹੁਤ mohabbat ਹੈ ਮਿਸ ਜਿਸ ਕੁੜੀ ਦੇ ਲਈ ਉਹ ਉਸ ਕਿਤਾਬ ਨੂੰ ਜਿਲਤ ਚੜਵਾ ਰਿਹਾ ਹੈ ਉਹ ਕਿਤਾਬ ਉਸ ਨੂੰ ਬਹੁਤ ਹੀ ਪਿਆਰੀ ਹੈ ਉਸ ਨੂੰ ਬਹੁਤ ਹੀ ਉਸ ਦੇ ਨਾਲ ਉਸ ਨੂੰ ਪਿਆਰ ਹੈ ਤੇ ਉਸ ਦੇ ਪਿਓ ਦੀ ਨਿਸ਼ਾਨੀ ਹੈ ਤਾਂ ਇਹ ਗੱਲ ਦਫਤਰੀ ਦੀ ਸਮਝ ਵਿੱਚ ਨਾ ਆਈ ਜਦੋਂ ਕਰਮ ਸਿੰਘ ਨੇ ਕਿਹਾ ਕਿ ਉਸ ਉੱਪਰ ਸੁਨਹਿਰੀ ਅੱਖਰਾਂ ਵਿੱਚ ਬੀਬੀ ਜੈਨਾ ਲਿਖ ਦੇਣਾ ਤਾਂ ਦਫਤਰੀ ਹੋਰ ਵੀ ਹੈਰਾਨ ਹੋ ਗਿਆ ਸਾਰਿਆਂ ਨੂੰ ਉਲਝਣ ਵਿੱਚ ਪਏ ਵੇਖ ਕੇ ਕਰਮ ਸਿੰਘ ਨੇ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਅੱਜ ਤੋਂ ਪੰਜ ਵਰੇ ਪਹਿਲਾ ਵਰੇ ਮੇ ਸਾਲ ਅੱਜ ਤੋਂ ਪੰਜ ਸਾਲ ਪਹਿਲਾਂ ਦੀ ਗੱਲ ਹੈ ਜਦ ਉਹਨਾਂ ਨੇ ਸ਼ਹਿਰ ਵਿੱਚ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਦਾ ਬੜਾ ਭਾਰੀ ਫਸਾਦ ਹੋਇਆ ਸੀ ਸ਼ਹਿਰ ਉਹਨਾਂ ਦੇ ਸ਼ਹਿਰ ਦੇ ਵਿੱਚ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਦਾ ਇੱਕ ਬਹੁਤ ਵੱਡਾ ਫਸਾਦ ਮੇ ਲੜਾਈ ਝਗੜਾ ਹੋਇਆ ਸੀ ਉਸ ਦਾ ਘਰ ਮੁਸਲਮਾਨਾਂ ਦੇ ਮੁਹੱਲੇ ਵਿੱਚ ਸੀ ਘਰ ਵਿੱਚ ਉਹ ਤੇ ਉਸ ਦੀ ਪਤਨੀ ਹੀ ਸਨ ਫਸਾਦ ਉਹਨਾਂ ਤੇ ਮੁਹੱਲੇ ਤੋਂ ਹੀ ਸ਼ੁਰੂ ਹੋਇਆ ਉਹ ਹੱਟੀ ਬੰਦ ਕਰਕੇ ਹੱਟੀ ਵਿੱਚ ਜੜੀਓਸ ਦੀ ਦੁਕਾਨ ਸੀ ਛੋਟੀ ਜਿਹੀ ਉਸਨੂੰ ਬੰਦ ਕਰਕੇ ਜਦੋਂ ਘਰ ਪਹੁੰਚਿਆ ਤਾਂ ਉਸਨੇ ਉੱਥੇ ਜ਼ਿੰਦਰਾ ਲਗਾ ਵੇਖਿਆ ਮੀਨਸ ਤਾਲਾ ਲਗਾ ਵੇਖਿਆ ਕਿ ਘਰ ਨੂੰ ਬੰਦ ਵੇਖਿਆ ਉਹ ਸਾਰਾ ਦਿਨ ਆਪਣੀ ਪਤਨੀ ਸਤਵੰਤ ਕੌਰ ਦੀ ਭਾਲ ਕਰਦਾ ਰਿਹਾ ਮੀਨਸ ਉਸਨੂੰ ਲੱਭਦਾ ਰਿਹਾ ਪਰ ਉਸਨੂੰ ਨਾ ਮਿਲੀ ਅੰਤ ਵਿੱਚ ਹਨੇਰਾ ਹੋ ਗਿਆ ਤੇ ਗਲੀ ਵਿੱਚ ਸਾਰਾ ਸੁਨਸਾਨ ਹੋ ਗਿਆ ਛਾ ਗਿਆ ਐਸ ਵੇਲੇ ਸੇਵਾ ਸਮਤੀ ਦੇ ਇੱਕ ਵਲੰਟੀਅਰ ਸੇਵਾ ਸਮਤੀ ਮੀਨਸ ਇੱਕ ٹرسٹ ਹੁੰਦਾ ਹੈ ਜਿਹੜੇ ਲੋਕ ਦੂਜਾ ਦੀ ਸੇਵਾ ਕਰਦੇ ਹਨ ਇੱਕ ਗਰੁੱਪ ਦਾ ਵਲੰਟੀਅਰ ਵਲੰਟੀਅਰ ਮੀਸ ਉਸਦੀ ਸੇਵਾਦਾਰ ਉਸਦੇ ਇੱਕ ਵਰਕਰ ਨੇ ਉਸਨੂੰ ਮਿਲ ਕੇ ਕਿਹਾ ਕਿ ਉਸਦੀ ਜਿਹੜੀ ਪਤਨੀ ਹੈ ਉਹ ਉਸਦੀ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਉਸਨੂੰ ਉਡੀਕ ਰਹੀ ਹੈ ਮੀਸ ਉਸਦੀ ਇੰਤਜ਼ਾਰ ਕਰ ਰਹੀ ਹੈ ਉਹ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਹਸਪਤਾਲ ਬਿਰਪੁਜ ਵਿੱਚ ਪਹੁੰਚਿਆ ਤੇ ਵੇਖਿਆ ਕਿ ਇੱਕ ਬੁੱਢਾ ਮੁਸਲਮਾਨ ਸਿਰ ਤੋਂ ਪੈਰ ਤੱਕ ਪੱਟੀਆਂ ਨਾਲ ਬੰਨਿਆ ਹੋਇਆ ਬੇਹੋਸ਼ ਪਿਆ ਸੀ ਅਤੇ ਸਤਵੰਤ ਕੌਰ ਉਸਦੇ ਮੂੰਹ ਵਿੱਚ ਦੁੱਧ ਪਾਉਣ ਦਾ ਯਤਨ ਕਰ ਰਹੀ ਹੈ ਸਤਵੰਤ ਨੇ ਉਸਨੂੰ ਦੱਸਿਆ ਕਿ ਫਸਾਦ ਦੀ ਖਬਰ ਸੁਣਦਿਆਂ ਹੀ ਉਹ ਸਾਰੀ ਨਕਦੀ ਤੇ ਗਹਿਣੇ ਵਿੱਚ ਸਾਰੇ ਪੈਸੇ ਤੇ ਗਹਿਣੇ ਉਸਨੇ ਕੀ ਕੀਤੇ ਇੱਕ ਟ੍ਰੰਕ ਦੇ ਵਿੱਚ ਪਾ ਕੇ ਉਹ ਆਪਣੀ ਮਾਸੀ ਦੇ ਘਰ ਵੱਲ ਤੁਰ ਪਈ ਜਾਂ ਫਿਰ ਦੌੜ ਪਈ ਰਸਤੇ ਵਿੱਚ ਉਸ ਨੇ ਗੁੰਡਿਆਂ ਦਾ ਇੱਕ ਟੋਲਾ ਆਪਣੇ ਵੱਲ ਆਉਂਦਿਆਂ ਵੇਖਿਆ ਜੇ ਦੋਸਤੋ ਨੱਠ ਕੇ ਬਚੜ ਦਾ ਕੋਈ ਵੀ ਰਹਿਣ ਦਾ ਲੱਭਾ ਤਾਂ ਉਹ ਉਸ ਬੁੱਢੇ ਹਲਵਾਈ ਦੀ ਦੁਕਾਨ ਤੇ ਜਾ ਖੜੀ ਹੋਈ ਗੁੰਡੇ ਉਸ ਦੇ ਪਿੱਛੇ ਪਿੱਛੇ ਆ ਗਏ ਬਾਬੇ ਨੇ ਉਸ ਨੂੰ ਅੰਦਰ ਵਾਰ ਦਿੱਤਾ ਤੇ ਆਪ ਗੁੰਡਿਆਂ ਦਾ ਮੁਕਾਬਲਾ ਕਰਨ ਲੱਗਾ ਉਹ ਰਹਿਸ ਉਹ ਕਹਿ ਰਹੇ ਸਨ ਕਿ ਟਰੰਕ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਉਹ ਚਲੇ ਜਾਣਗੇ ਬਾਬੇ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਉਸਨੇ ਪਹਿਲਾ ਉਹਨਾਂ ਦੇ ਉਤੇ ਕੜਦਾ ਹੋਇਆ ਦੁੱਧ ਪਿਆਲੇ ਦੇ ਵਿੱਚ ਭਰ-ਭਰ ਕੇ ਉਹਨਾਂ ਦੇ ਉਤੇ ਸੁੱਟ ਦਿੱਤਾ ਤੇ ਜਦੋਂ ਦੁੱਧ ਮੁੱਕਣ ਗਿਆ ਮੁੱਕ ਗਿਆ ਤਾਂ ਗਰਮ-ਗਰਮ ਭੂਬਲ ਕੜ ਕੇ ਉਹਨਾਂ ਦੇ ਮੂੰਹ ਤੇ ਉਤੇ ਸੁੱਟ ਦਿੱਤਾ ਉਹਨਾਂ ਦੇ ਕਪੜੇ ਤੇ ਚਿਹਰੇ ਉਸ ਨਾਲ ਚਲਸ ਗਏ ਇਸ ਨਾਲ ਉਹਨਾਂ ਦਾ ਗੁੱਸਾ ਹੋਰ ਵੱਧ ਗਿਆ ਜਦੋਂ ਉਹਨਾਂ ਨੇ ਇਹ ਵੇਖਿਆ ਤਾਂ ਉਹਨਾਂ ਦਾ ਗੁੱਸਾ ਹੋਰ ਵੱਧ ਗਿਆ ਜਦ ਬਾਬੇ ਦੇ ਸਾਰੇ ਹਥਿਆਰ ਖਤਮ ਹੋ ਗਏ ਮਿਸਔਰਤ ਦੇ ਸਾਰੇ ਜਿਹੜੇ ਕਮਸਨੋਂ ਖਤਮ ਹੋ ਗਏ ਜੋ ਉਸ ਜੋ ਉਹ ਔਰਤ ਨੂੰ ਬਚਾਉਣ ਦੇ ਲਈ ਕਰ ਰਿਹਾ ਸੀ ਤਾਂ ਉਹ ਦੁਕਾਨ ਉੱਤੇ ਚੜ ਗਏ ਤੇ ਉਸ ਨੂੰ ਮਾਰ ਮਾਰ ਕੇ ਫੇਰ ਦਿੱਤਾ ਠੀਕ ਹੈ ਜਿਹੜੇ ਗੁੰਡੇ ਸਨ ਉਸ ਦੁਕਾਨ ਉਸ ਦੀ ਦੁਕਾਨ ਵਿੱਚ ਚੜ ਆਏ ਤੇ ਉਸ ਨੂੰ ਮਾਰ ਮਾਰ ਕੇ ਫੇਰ ਦਿੱਤਾ ਫਿਰ ਗੁੰਡੇ ਉਸ ਵੱਲ ਵਧੇ ਪਰ ਉਸਨੇ ਅੰਦਰੋਂ ਕੁੰਡੀ ਕੁੰਡੀ ਲਾ ਲਈ ਸੀ ਕਿਸਨੇ ਸਤਵੰਤ ਕੌਰ ਨੇ ਇਸ ਵੇਲੇ ਪੁਲਿਸ ਦੇ ਆ ਜਾਣ ਦਾ ਰੌਲਾ ਸੁਣ ਕੇ ਸਭ ਦੌੜ ਪਏ ਲਹੂ ਲੁਹਾਨ ਬਾਬੇ ਨੂੰ ਸੇਵਾ ਸੰਮਤੀ ਵਾਲਿਆਂ ਨੇ ਹਸਪਤਾਲ ਪਹੁੰਚਾ ਦਿੱਤਾ ਤੇ ਉਹ ਵੀ ਬਾਬੇ ਸਮੇਤ ਹਸਪਤਾਲ ਪਹੁੰਚ ਗਈ ਸਤਵੰਤ ਕੌਰ ਦੂਜੇ ਦਿਨ ਬਾਬੇ ਨੂੰ ਹੋਸ਼ ਆਈ ਤਾਂ ਉਸਨੇ ਸਭ ਤੋਂ ਪਹਿਲਾਂ ਆਪਣੀ ਧੀ ਜੈਨਾ ਬਾਰੇ ਪੁੱਛਿਆ ਜੈਨਾ ਉਸ ਦੀ ਧੀ ਸੀ ਵੱਡੇ ਮੁਸਲਮਾਨ ਦੀ ਜਿਹੜਾ ਉਸ ਦੀ ਜਿਹੜਾ ਦੁਕਾਨਦਾਰ ਸੀ ਜਿਸ ਨੇ ਉਸ ਦੀ ਜਾਨ ਬਚਾਈ ਸੀ ਸਤਵੰਤ ਕੌਰ ਦੀ ਥੋੜੇ ਚਿਰ ਪਿਛੋਂ ਪੂਰੀ ਹੋਸ਼ ਆਉਣ ਤੇ ਉਸ ਨੂੰ ਸਾਰੀ ਗੱਲ ਸਮਝ ਆ ਗਈ ਔਰ ਨਾ ਦੋਹਾ ਨੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਸਤਵੰਤ ਕੌਰ ਤੇ ਉਸ ਦੇ ਆਦਮੀ ਨੇ ਜਿਹਦਾ ਨਾਂ ਕੀ ਸੀ ਕਰਮ ਸਿੰਘ ਨੇ ਉਸ ਦੇ ਪੈਰੀ ਹੱਥ ਲਾ ਕੇ ਉਸ ਤੋਂ ਉਸ ਦਾ ਧੰਨਵਾਦ ਕੀਤਾ ਉਸ ਨੇ ਕਰਮ ਸਿੰਘ ਨੂੰ ਕਿਹਾ ਕਿ ਉਹ ਜੈਨਾ ਨੂੰ ਉੱਥੇ ਲੈ ਆਵੇ ਮਤਲਬ ਉਸ ਦੀ ਕੁੜੀ ਨੂੰ ਉੱਥੇ ਲੈ ਆਵੇ ਕਿਉਂਕਿ ਉਹ ਕਾਰ ਵਿੱਚ ਇਕੱਲੀ ਹੀ ਸੀ ਉਹ ਦੋਵੇਂ ਜਾ ਕੇ ਜੈਨਾ ਨੂੰ ਹਸਪਤਾਲ ਲੈ ਆਏ ਜੈਨਾ ਉਸ ਸਮੇਂ 10 ਕੁ ਵਰਿਆਂ ਦੀ ਸੀ ਮੀਨਸ 10 ਸਾਲਾਂ ਦੀ ਸੀ ਉਹ ਰੋ ਰੋ ਕੇ ਬੇਹਾਲ ਹੋ ਪਈ ਹੋਈ ਪਈ ਸੀ ਕਿਉਂਕਿ ਉਸਦੇ ਘਰ ਵਿੱਚ ਹੋਰ ਕੋਈ ਨਹੀਂ ਸੀ ਉਹ अकेली ਸੀ ਤੇ ਇਸੇ ਕਾਰਨ ਉਹ ਆਪਣੇ ਘਰ ਵਿੱਚ ਰੋ ਰੋ ਕੇ ਉਸਨੇ ਆਪਣਾ ਬੁਰਾ ਹਾਲ ਕਿੱਥਾ ਹੋਇਆ ਸੀ ਸਵਾ ਮਹੀਨਾ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਜਦੋਂ ਕੋਈ ਵੀ ਫਰਕ ਪੈੰਦਨ ਨਾ ਦਿਸਿਆ ਤਾਂ ਉਹ ਬਾਬੇ ਨੂੰ ਆਪਣੇ ਘਰ ਲੈ ਆਏ ਕਰਮ ਸਿੰਘ ਜੀ ਉਹਨਾਂ ਨੇ ਬਹੁਤ ਡਾਕਟਰ ਬਦਲੇ ਪਰ ਕੋਈ ਵੀ ਫਰਕ ਨਾ ਪਿਆ ਜੈਨਾ ਉਹਨਾਂ ਨੂੰ ਆਪਣੀ ਧੀ ਵਾਂਗ ਹੀ ਪਿਆਰੀ ਲੱਗਣ ਲੱਗ ਪਈ ਅਖੀਰ ਇੱਕ ਦਿਨ ਜੈਨਾ ਦੀ ਬਹਾ ਕਰਮ ਸਿੰਘ ਦੀ ਪਤਰੀ ਸਤਵੰਤ ਕੌਰ ਦੇ ਹੱਥਾਂ ਵਿੱਚ ਫੜਾ ਕੇ ਉਹ ਬੁੱਢਾ ਜਿਹੜਾ ਸੀ ਉਹ ਦੁਨੀਆ ਤੋਂ ਵਿਦਾ ਹੋ ਗਿਆ ਕਰਮ ਸਿੰਘ ਨੇ ਖੈਨਦੀਨ ਨੂੰ ਦੱਸਿਆ ਕਿ ਉਸ ਨੇ ਇੱਕ حافظ ਮੌਲਵੀ ਉਸਤਾਦ ਰੱਖ ਕੇ ਜੈਨਾ ਨੂੰ ਕੁਰਾਨ ਸ਼ਰੀਫ ਦੀ ਸਿੱਖਿਆ ਦਿਵਾਈ ਜੈਨਾ ਨੇ 5 ਸਾਲਾਂ ਵਿੱਚ ਸਾਰਾ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਹੁਣ ਉਸ ਨੇ ਖਾਨਦਾਨੀ ਮੁਸਲਮਾਨ ਨਾਲ ਉਸ ਦੀ ਮੰਗਣੀ ਵੀ ਕੀਤੀ ਹੈ ਤੇ ਥੋੜੇ ਚਾਰ ਦਿਨ ਬਾਅਦ ਕਿ ਚੌਥੇ ਦਿਨ ਨੂੰ ਉਸਦਾ ਨਿਕਾਹ ਹੈ ਉਸਦਾ ਵਿਆਹ ਹੈ ਇਹ ਕੁਰਾਨ ਸ਼ਰੀਫ ਉਸਨੂੰ ਬਹੁਤ ਪਿਆਰਾ ਹੈ ਉਸ ਕੋੜੀ ਨੂੰ ਜੈਨਾ ਨੂੰ ਬਹੁਤ ਪਿਆਰਾ ਹੈ ਇਹ ਉਸਦਾ ਪਿਓ ਪੜਿਆ ਕਰਦਾ ਸੀ ਤੇ ਜੈਨਾ ਨੇ ਵੀ ਉਸ ਤੋਂ ਤਾਲੀਮ ਹਾਸਲ ਕੀਤੀ ਹੈ ਇਸ ਲਈ ਉਹ ਉਸਦੀ ਵਧਿਆ ਜਿਲਦ ਬਣਵਾ ਕੇ ਉਸਨੂੰ ਦਾਜ ਵਿੱਚ ਦੇਣਾ ਚਾਹੁੰਦਾ ਹੈ ਇਹ ਸਾਰੀ ਵਾਰਤਾ ਸੁਣ ਕੇ ਖੈਰਦੀਨ ਦਫਤਰੀ ਦੇ ਸਾਰੇ ਕਾਰਗਿਰਾਂ ਦੇ ਸਿਰ ਅਦਬ ਨਾਲ ਚੁੱਕ ਗਏ ਅਦਬ ਵਿੱਚ ਸਤਕਾਰ ਆਦਰ ਦੇ ਨਾਲ ਚੁੱਕ ਗਏ ਕਰਮ ਸਿੰਘ ਵੇਲੇ ਸਿਰ ਜਲਦ ਬੰਨ ਦੇਣ ਦੀ ਪੱਕੀ ਕਰਕੇ ਮਿਸ ਰਕਮ ਪੱਕੀ ਕਰਕੇ ਰੁਮਾਲਾ ਨੂੰ ਲਪੇਟ ਕੇ ਉਸ ਕਰਮ ਸਿੰਘ ਨੇ ਕੀ ਕੀਤਾ ਰਕਮ ਤੈਅ ਕਰਕੇ ਰੁਮਾਲਾ ਨੂੰ ਉਸਨੇ ਵਾਪਸ ਆਪਣੀ ਜੇਬ ਵਿੱਚ ਪਾਉਂਦੇ ਹੋਏ ਉਹ ਆਪਣੇ ਰਾਹ ਪੈ ਗਿਆ ਇਹ ਜਿਹੜਾ ਪਾਠ ਹੈ ਸੁਨਹਿਰੀ ਜੀਲ੍ਾ ਦਸੀ ਹਲੇ ਪੜ੍ਹੀ ਅਸੀਂ ਇਸ ਦਾ ਮੈਂ ਸਾਰ ਤੁਹਾਨੂੰ ਦੱਸਿਆ ਹੈ ਰੀਡਿੰਗ ਤੁਸੀਂ ਆਪੇ ਕਰ ਲੈਣੀ ਹੈ ਇਸ ਪਾਠ ਦੇ ਵਿੱਚ ਕੁਝ ਪ੍ਰਸ਼ਨ ਉੱਤਰ ਵੀ ਹਨ ਜਿਹੜੇ ਮੈਂ ਤੁਹਾਨੂੰ ਹਲੇ ਦਿਖਾ ਦੇਣਾ ਹਾਂ ਇਹ ਤੁਸੀਂ ਬੁੱਕ 'ਚ ਵੇਖ ਸਕਦੇ ਹੋ ਇਹ 1 2 3 4 5 ਪੰਜ ਕੁਐਸਚਨਸ ਇਸ ਪਹਿਲੇ ਪਾਠ ਪਹਿਲੇ પ્રશ્ન ਦੇ ਵਿੱਚ ਹਨ ਦੂਜਾ ਪਾਠ ਹੈ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਠੀਕ ਹੈ ਇਸ ਦੋਨਾਂ ਕੁਸ਼ਨਾਂ ਦੇ ਪ੍ਰਸ਼ਨ ਉੱਤਰ ਮੈਂ ਤੁਹਾਨੂੰ ਤੁਹਾਡਾ ਜਿਹੜਾ WhatsApp ਗਰੁੱਪ ਹੈ ਉਸ ਦੇ ਵਿੱਚ ਸੈਂਡ ਕਰਾਂਗਾ ਬਟ ਜਿਹੜਾ ਤੀਜਾ ਸਵਾਲ ਹੈ ਵਾਕ ਵਿੱਚ ਵਰਤੋ ਉਹ ਤੁਸੀਂ ਆਪ ਹੀ ਵਾਕ ਵਿੱਚ ਸ਼ਬਦ ਜਿਹੜੇ ਤੁਹਾਨੂੰ ਦਿੱਤੇ ਗਏ ਹਨ ਜਿਵੇਂ ادب ادب ਮੀਨ ਸਤਕਾਰ ਆਦਰ ਕਥਾ ਦੀ ਕੁਲੀ ਤੇ ਹਾਥੀ ਦੰਦ ਦਾ ਪ੍ਰਣਾਲਿਕ ਮੁਹਾਵਰਾ ਹੈ ਸੰਕੋਚ ਮੀਨ ਸੰਕੋਚ ਕਰਨਾ ਖਸਤਾ ਹਾਲਤ ਮੀਨਸ ਥੋੜੀ ਖਰਾਬ ਹਾਲਤ ਇਹ ਸਾਰੇ ਸ਼ਬਦਾਂ ਦੇ ਤੁਸੀਂ ਕੀ ਕਰਨੇ ਹਨ ਵਾਕ ਬਣਾਉਣੇ ਹਨ ਆਪਣੀ ਕਾਪੀ ਦੇ ਵਿੱਚ ਕਰਨੇ ਹਨ ਤੇ ਜਿਹੜੇ ਪਹਿਲੇ ਦੋ ਸਵਾਲਾਂ ਦੇ ਜਵਾਬ ਉੱਤਰ ਹਨ ਉਹ ਤੁਹਾਨੂੰ WhatsApp ਗਰੁੱਪ ਦੇ ਵਿੱਚ ਸੈਂਡ ਕਰ ਦਿੱਤੇ ਜਾਣਗੇ ਓਕੇ ਸੋ ਥੈਂਕ ਯੂ ਐਂਡ ਗੋਡ ਬles you